ਰੋਟਰੀ ਕਲੱਬ ਪਾਤਰਾ ਰੋਇਲ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਾਤਰਾ ਪਿੰਡ ਵਿੱਚ ਪੱਖੇ ਦਾਨ ਕੀਤੇ ਗਏ। ਪ੍ਰਧਾਨ ਕਪਿਲ ਕੌਸ਼ਲ ਮਲਿਕ ਨੇ ਦੱਸਿਆ ਕਿ ਪਾਤਰਾ ਪਿੰਡ ਦੇ ਸਾਬਕਾ ਸਰਪੰਚ ਬਬਲੀ ਅਤੇ ਕਰਨੈਲ ਸਿੰਘ ਵੱਲੋਂ ਸਕੂਲ ਵਿੱਚ ਪੱਖਿਆਂ ਦੀ ਲੋੜ ਬਾਰੇ ਦੱਸਿਆ ਕਿ ਸਕੂਲ ਵਿੱਚ ਗਰਮੀਆਂ ਦੀ ਛੁੱਟੀਆਂ ਦੌਰਾਨ ਪੱਖੇ ਚੋਰੀ ਹੋ ਗਏ ਸੀ ਤਾਂ ਕਲੱਬ ਵੱਲੋਂ ਬੱਚਿਆਂ ਨੂੰ ਗਰਮੀ ਤੋਂ ਰਾਤ ਰਾਤ ਲਈ ਕਲੱਬ ਦੇ ਮੈਂਬਰ ਅਰੁਣ ਸਿੰਗਲਾ ਅਤੇ ਮੈਡਮ ਡਾਕਟਰ ਸ਼ਾਨਮ ਸਿੰਗਲਾ ਸਿੰਗਲਾ ਡੈਂਟਲ ਕੇਅਰ ਦੇ ਸਹਿਯੋਗ ਨਾਲ 6 ਪੱਖੇ ਦਾਨ ਦਿੱਤੇ ਗਏ, ਜਿਸ ਲਈ ਸਕੂਲ ਪ੍ਰਬੰਧਕ ਅਤੇ ਪਿੰਡ ਦੇ ਆਗੂਆਂ ਨੇ ਕਲੱਬ ਦਾ ਧੰਨਵਾਦ ਕੀਤਾ। ਪਾਤਰਾ ਤੋਂ ਸਤਪਾਲ ਗਰਗ ਦੀ ਰਿਪੋਰਟ। ਸਾਡੇ ਗੌਰਮੈਂਟ ਸਕੂਲ ਐਲੀਮੈਂਟਰੀ ਸਕੂਲ ਪਾਤੜਾ ਪਿੰਡ ਵਿੱਚ ਸਾਨੂੰ ਇੱਕ ਛੋਟਾ ਜਿਹਾ ਸੁਨੇਹਾ ਲੱਗਿਆ ਸੀ ਕਿ ਸਾਡੇ ਇੱਥੇ ਬੱਚਿਆਂ ਲਈ ਪੱਖਿਆਂ ਦੀ ਲੋੜ ਹੈ ਅਤੇ ਸਾਡੇ ਜਿਹੜੇ ਮੈਂਬਰ ਸਾਹਿਬਾਨ ਨੇ ਅਰੁਣ ਜੀ ਉਹਨਾਂ ਦੇ ਜਿਹੜੇ ਵਾਈਫ ਨੇ ਆਪਣੇ ਸਿੰਗਲਾ ਡੈਂਟਲ ਕੇਅਰ ਡਾਕਟਰ ਸ਼ਾਨਮ ਸਿੰਗਲਾ ਜੀ ਵੱਲੋਂ ਇਸ ਪੱਖਿਆਂ ਦਾ ਜਿਹੜਾ ਦਾਨ ਸਾਡੇ ਕਲੱਬ ਨਾਲ ਕੋਲੈਬਰੇਟ ਕਰਕੇ ਕੀਤਾ ਗਿਆ ਜੀ ਕਿ ਛੋਟੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੀਆਂ ਮੁੱਢਲੀਆਂ ਸਹਾਇਤਾ ਨੇ ਉਹਨਾਂ ਨੂੰ ਸਮੇਂ ਸਮੇਂ 'ਤੇ ਜੇ ਕੋਈ ਚੀਜ਼ ਦੀ ਲੋੜ ਪੈਂਦੀ ਹੈ ਉਹ ਸਾਡੇ ਕਲੱਬ ਵੱਲੋਂ ਹਮੇਸ਼ਾ ਤਤਪਰ ਰਹਿੰਦੇ ਆ ਜੀ। ਸਾਡੇ ਜਿਹੜੇ ਮੈਂਬਰ ਨੇ ਉਹ ਸਮੇਂ ਅਨੁਸਾਰ ਜਿਸ ਤਰ੍ਹਾਂ ਦੀ ਵੀ ਲੋੜ ਪੈਂਦੀ ਹੈ ਉਹ ਸੋਸ਼ਲ ਕੰਮਾਂ ਵਿੱਚ ਅੱਗੇ ਰਹਿੰਦੇ ਨੇ ਜੀ। ਅੱਜ ਅਸੀਂ ਜਿਹੜਾ ਗੌਰਮੈਂਟ ਐਲੀਮੈਂਟਰੀ ਸਕੂਲ ਪਾਤੜਾ ਪਿੰਡ ਨੂੰ 6 ਪੱਖੇ ਦਾਨ ਕੀਤੇ ਨੇ ਜੀ। ਉਹਦੇ ਵਿੱਚ ਆਪਣੇ ਸਾਡੇ ਜਿਹੜੇ ਅਰੁਣ ਸਿੰਗਲਾ ਜੀ ਦਾ ਉਹਨਾਂ ਦਾ ਸਹਿਯੋਗ ਰਿਹਾ ਜੀ ਪੂਰਾ। ਆਉਣ ਵਾਲੇ ਸਮੇਂ ਦੀ ਜਿੱਦਾਂ ਸਾਡੀ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਸਾਡੇ ਡੀ ਜੀ ਸਾਹਿਬ ਸੰਦੀਪ ਚੌਹਾਨ ਜੀ ਦੇ ਨਿਰਦੇਸ਼ ਅਨੁਸਾਰ ਜੋ ਵੀ ਸਾਡੇ ਜਿਹੜੇ ਲੋਕਲ ਏਰੀਏ 'ਚ ਜਿਸ ਤਰ੍ਹਾਂ ਦੀ ਵੀ ਆਪਣੇ ਲੋੜ ਪਵੇਗੀ ਕਿਸੇ ਵੀ ਚੀਜ਼ ਦੀ ਉਹ ਉਸ ਤਰ੍ਹਾਂ ਹੀ ਅਸੀਂ ਸੇਵਾ ਨਿਭਾਉਂਦੇ ਰਹਾਂਗੇ ਅਤੇ ਆਪਣੇ ਵਿਸ਼ਵਾਸ ਨਾਲ ਤਤਪਰ ਰਹਾਂਗੇ ਜੀ। ਹਾਂਜੀ, ਅੱਜ ਅਸੀਂ ਰੋਟਰੀ ਕਲੱਬ ਪਾਤੜਾ ਰੋਇਲ ਦੇ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਾਤੜਾ ਅਸੀਂ ਪਹੁੰਚੇ ਹਾਂ। ਇੱਥੇ ਕੁਛ ਕੁ ਬੱਚੇ ਜਿਹੜੇ ਸਕੂਲ 'ਚ ਨੀਡ ਹੈਗੀ ਸੀ, ਜਿਹੜੇ ਅੱਜ ਗਰਮੀ ਦੇ ਦਿਨਾਂ ਵਿੱਚ ਬਿਨਾਂ ਪੱਖੇ ਤੋਂ ਇੱਥੇ ਬੈਠੇ ਸੀ। ਇਹ ਸਕੂਲ ਦੇ ਅਸੀਂ ਚੇਅਰਮੈਨ ਸਰਪੰਚ ਸਾਹਿਬ ਕਰਨੈਲ ਸਿੰਘ ਜੀ ਅਤੇ ਬਬਲੀ ਜੀ ਇਹਨਾਂ ਨਾਲ ਗੱਲਬਾਤ ਕੀਤੀ ਹੈ। ਕਹਿੰਦੇ ਵੀ ਲਾਸਟ ਟਾਈਮ 'ਚ ਅਸੀਂ ਪੱਖੇ ਦੇ ਕੁਛ ਚੀਜ਼ਾਂ ਇੱਥੇ ਸਾਰੀਆਂ ਸੁਵਿਧਾਵਾਂ ਸਾਡੇ ਕੋਲ ਹੈਗੀਆਂ ਸੀ, ਪਰ 2-4 ਦਿਨ ਪਹਿਲਾਂ ਹੀ ਇੱਥੇ ਇੱਕ ਬਹੁਤ ਵੱਡੀ ਚੋਰੀ ਹੋਈ ਹੈ ਜਿੱਥੇ ਪ੍ਰਿੰਟਰ ਅਤੇ ਪੱਖੇ ਸਾਰੇ ਇੱਥੋਂ ਚੱਕ ਕੇ ਲੈ ਗਏ। ਅਤੇ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਸਾਡੇ ਕਲੱਬ ਦੇ ਸਾਡੇ ਪ੍ਰੈਜ਼ੀਡੈਂਟ ਨਾਲ, ਤਾਂ ਇਸ ਕਰਕੇ ਸਾਡੇ ਜਿਹੜੇ ਅੱਜ ਦੇ ਮੈਂਬਰ ਬਹੁਤ ਹੀ ਐਨਰਜੈਟਿਕ ਪਰਸਨ ਨੇ ਅਰੁਣ ਜੀ ਨੇ, ਉਹਨਾਂ ਨੇ ਆਪਦੀ ਪਰਸਨਲ ਪੋਕਟ ਵਿੱਚੋਂ ਇਹ ਅੱਜ ਪ੍ਰੋਜੈਕਟ ਲਾਇਆ। ਇਹ ਅੱਗੇ ਵੀ ਸਾਡੇ ਕਲੱਬ ਨੂੰ ਬਹੁਤ ਹੀ ਵਧੀਆ ਸਹਿਯੋਗ ਦਿੰਦੇ ਨੇ। ਅਸੀਂ ਇਹੀ ਉਮੀਦ ਕਰਦੇ ਹਾਂ ਵੀ ਮਾਲਕ ਇਹਨਾਂ ਨੂੰ ਹੋਰ ਤਰੱਕੀ ਦੇਵੇ ਅਤੇ ਹੋਰ ਸੇਵਾ ਵੱਲ ਧਿਆਨ ਦੇਵੇ। ਅਤੇ ਅਸੀਂ ਇਹੀ ਉਮੀਦ ਸਰਪੰਚ ਸਾਹਿਬ ਨੂੰ ਵੀ ਕਹਿੰਦੇ ਹਾਂ ਵੀ ਇਹੋ ਜਿਹੇ ਕੋਈ ਵੀ ਪ੍ਰੋਜੈਕਟ ਹੋਣ ਜਾਂ ਕੋਈ ਵੀ ਸੇਵਾਵਾਂ ਹੋਣ, ਸਾਡਾ ਕਲੱਬ ਹਮੇਸ਼ਾ ਇਹਨਾਂ ਦੇ ਲਈ ਰਹੂਗਾ। ਕੋਈ ਬੱਚੇ ਕਿਸੇ ਪ੍ਰਕਾਰ ਦੇ ਕੋਈ ਸਹਿਯੋਗ ਕੋਈ ਫੀਸ ਨਹੀਂ ਡੋਨੇਟ ਭਰ ਸਕਦਾ ਤਾਂ ਉਹ ਸਾਡਾ ਕਲੱਬ ਉਸ ਪ੍ਰਤੀ ਵੀ
ਪੂਰਾ ਜ਼ਿੰਮੇਵਾਰ ਹੋਊਗਾ। ਕੋਈ ਵੀ ਕਿਸੇ ਪ੍ਰਕਾਰ ਦੀ ਬੁੱਕਸ, ਕੋਈ ਸਟੇਸ਼ਨਰੀ, ਤਾਂ ਅਸੀਂ ਹਮੇਸ਼ਾ ਇਹ ਸਕੂਲ ਵੱਲ ਵਿਸ਼ੇਸ਼ ਧਿਆਨ ਦੇਵਾਂਗੇ। ਮੇਰਾ ਨਾਮ ਜੀ ਪਰਮਜੀਤ ਕੌਰ ਹੈ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਪਾਤੜਾਂ। ਅੱਜ ਰੋਟਰੀ ਕਲੱਬ ਦੇ ਮੈਂਬਰ ਸਹਿਬਾਨ ਸਾਡੇ ਸਕੂਲ ਦੇ ਵਿੱਚ ਪਹੁੰਚੇ। ਉਹਨਾਂ ਨੇ ਸਾਡੇ ਬੱਚਿਆਂ ਦੀ ਪ੍ਰੋਬਲਮ ਨੂੰ ਦੇਖਦੇ ਹੋਏ ਅਤੇ ਸਾਡੇ ਸਕੂਲ ਨੂੰ 6 ਪੱਖੇ ਦਾਨ ਕੀਤੇ। ਮੈਂ ਇਹਨਾਂ ਸਾਰੇ ਮੈਂਬਰਸ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਇਹ ਜੀ ਸਾਡਾ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਪਾਤੜਾਂ ਜੀ, ਇੱਥੇ ਕੁਛ ਦਿਨ ਪਹਿਲਾਂ ਛੁੱਟੀਆਂ ਦੇ ਦੌਰਾਨ ਪੱਖੇ ਚੋਰੀ ਕਰਕੇ ਲੈ ਗਏ ਸੀ। ਇਸ ਕਰਕੇ ਬੱਚੇ ਦਾ ਸਕੂਲ ਲੱਗਿਆ, ਬੱਚੇ ਗਰਮੀ 'ਚ ਬੈਠੇ ਸੀ। ਅਸੀਂ ਸਾਡੀ ਪੰਚਾਇਤ ਵੱਲੋਂ ਰੋਟਰੀ ਕਲੱਬ ਨੂੰ ਇੱਕ ਬੇਨਤੀ ਕੀਤੀ ਵੀ ਬੱਚੇ ਗਰਮੀ 'ਚ ਬੈਠੇ ਨੇ, ਪਰ ਅਸੀਂ ਧੰਨਵਾਦੀ ਹਾਂ ਰੋਟਰੀ ਕਲੱਬ ਦੇ ਪ੍ਰਧਾਨ ਜੀ ਦੇ ਅਤੇ ਸਾਰੇ ਮੈਂਬਰਾਂ ਦੇ। ਇਹਨਾਂ ਨੇ ਸਾਡੇ ਇੱਕ ਮਾੜੀ ਜਿਹੀ ਗੱਲ 'ਤੇ ਇਹਨਾਂ 6 ਪੱਖੇ ਦਾਨ ਕੀਤੇ ਨੇ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ।